ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਮੇਰੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅਤੇ ਸਵੇਰੇ ਉੱਠ ਕੇ ਤਿਆਰ ਸ਼ਿਆਰ ਹੋਈ ਜਿਹੜਾ ਰੂਟੀਨ ਹੁੰਦਾ ਉਹ ਚੱਲਦਾ ਹੀ ਰਹਿੰਦਾ ਆਪਣਾ। ਅਤੇ ਘਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵਰਕ ਚੱਲਦਾ ਪਿਆ ਕੰਮ, ਹੈ ਨਾ, ਫਾਲ ਸੀਲਿੰਗ ਦਾ, ਛੱਤ ਦਾ। ਅਤੇ ਅੱਜ ਫਾਲ ਸੀਲਿੰਗ ਡਿਜ਼ਾਇਨਿੰਗ ਹੈ ਜਿਹੜਾ ਸਟਰਕਚਰ ਹੈ ਉਹ ਤਿਆਰ ਹੋਣ ਜਾ ਰਿਹਾ ਹੈਗਾ। ਅਤੇ ਸਟਰਕਚਰ ਦੇ ਵਿੱਚ ਪਹਿਲਾਂ ਜਿਹੜੀਆਂ ਪੱਤੀਆਂ ਹੁੰਦੀਆਂ ਗੀਆਂ ਇਹ ਲਾ ਦਿੰਦੇ ਹੈਗੇ। ਡਿਜ਼ਾਇਨ ਮੈਂ ਤੁਹਾਨੂੰ ਦਿਖਾਉਂਦਾ ਹੈਗਾ, ਜਿੱਦਾਂ ਉਹ ਦੇਖੋ ਇਹਨਾਂ ਨੇ ਸੁਰਾਖ ਕਰਕੇ ਨਾ ਅਤੇ ਜਜਮੈਂਟ ਲੈ ਕੇ ਅਤੇ ਸਾਰੇ ਉਹ ਦੇਖ ਸਕਦੇ ਨਾ ਸੁਰਾਖ ਕਿੱਥੇ ਪਿਆ। ਅਤੇ ਇਹਨਾਂ ਨੇ ਪੱਤੀਆਂ ਦਾ ਡਿਜ਼ਾਇਨ ਇਹਦੇ ਵਿੱਚ ਲਗਾ ਦਿੱਤਾ। ਬਾਕੀ ਇੱਕ ਗੱਲ ਇਹ ਹੈ ਜਦੋਂ ਨਵਾਂ ਘਰ ਬਣਦਾ ਹੋਵੇ ਉਦੋਂ ਹੀ ਪਾ ਲੈਣਾ ਚਾਹੀਦਾ ਇੱਦਾਂ ਦਾ, ਪਰ ਉਦੋਂ ਇਹ ਆਪਾਂ ਤਾਂ ਸੈਕਿੰਡ ਹੈਂਡ ਲਿਆ ਸੀਗਾ, ਕਹਿਣ ਦਾ ਮਤਲਬ ਵੀ ਬਣਿਆ ਬਣਾਇਆ, ਤਾਂ ਉਹਦੇ ਕਰਕੇ ਦੇਖੋ ਬਣੇ ਬਣਾਏ 'ਚ ਪ੍ਰੋਬਲਮ ਇਹ ਹੁੰਦੀ ਹੈਗੀ ਵੀ ਤੁਸੀਂ ਮਟੀਰੀਅਲ ਆਪਦਾ ਢੰਗ ਦਾ ਯੂਜ਼ ਨਹੀਂ ਕੀਤਾ ਜਾ ਸਕਦਾ ਹੈਗਾ ਉਦੋਂ, ਬਾਅਦ ਵਿੱਚ ਆਪ ਦੇ ਜੋ ਮਰਜ਼ੀ ਕਰੀ ਚੱਲੋ ਹੈ ਨਾ। ਹੁਣ ਮੇਰਾ ਦੇਖੋ ਸਾਰਾ ਹਾਲ ਇੱਦਾਂ ਹੀ ਆ, ਅਤੇ ਇਹ ਇਸ ਤਰ੍ਹਾਂ ਦਾ ਸਟਰਕਚਰ ਸਟਾਰਟ ਹੋ ਚੁੱਕਿਆ ਹੈਗਾ। ਅਤੇ ਪੱਤੀਆਂ ਦਾ ਵੀ ਮੁੰਡੇ ਬੈਠੇ ਚਾਹ ਪੀ ਜਾਂਦੇ ਆ, ਇਹ ਸਮਾਨ ਤਾਂ ਬਾਹਰ ਪਿਆ ਹੀ ਹੈ ਸਾਰਾ। ਅਰਮਾਨ ਕੱਲ੍ਹ ਹੈ ਨਹੀਂ ਸੀ ਨਾ, ਅਤੇ ਅੱਜ ਅਰਮਾਨ ਸਿੱਖ ਰਿਹਾ ਕੰਮ ਹੈ। ਅਰਮਾਨ ਨੂੰ ਸ਼ੌਂਕ ਆ ਨਾ ਇਸ ਚੀਜ਼ ਦਾ, ਤਾਂ ਕਰਕੇ। ਅਤੇ ਚਲੋ ਬਾਕੀ ਜਿਵੇਂ ਜਿਵੇਂ ਇਹ ਡਿਜ਼ਾਇਨ ਪਾਉਂਦੇ ਜਾਂਦੇ ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਹਾਂ, ਕਿਉਂਕਿ ਨਵੇਂ ਡਿਜ਼ਾਇਨ ਅੱਜ ਕੱਲ੍ਹ ਬਹੁਤ ਤਰ੍ਹਾਂ ਦੇ ਆ ਚੁੱਕੇ ਹੈਗੇ। ਪੀ ਓ ਪੀ ਡਿਜ਼ਾਇਨ, ਫਾਲ ਸੀਲਿੰਗ, ਅਤੇ ਫਿਰ ਉਸ ਤੋਂ ਬਾਅਦ ਪੀ ਵੀ ਸੀ ਦੀ ਵੀ ਫਾਲ ਸੀਲਿੰਗ ਹੁੰਦੀ ਹੈ। ਅਤੇ ਉਹਦੇ ਵਿੱਚ ਇਹਦੇ ਵਿੱਚ ਬੜਾ ਫਰਕ ਹੈ ਇੱਕ ਸਮੈਂਟਡ ਅਤੇ ਉਹਦੇ ਵਿੱਚ। ਸਮੈਂਟਡ ਵਾਲੀ ਠੰਡੀ ਰਹਿੰਦੀ ਹੈ, ਪੀ ਵੀ ਸੀ ਮੈਨੂੰ ਇਹਨੇ ਦੱਸਿਆ ਮਿਸਤਰੀ ਨੇ, ਕਹਿੰਦਾ ਵੀ ਉਹ ਡਾਊਨ ਹੋ ਜਾਂਦੀ ਆ, ਮੁੜ ਜਾਂਦੀ ਹੈ ਜਦੋਂ ਹੀਟ ਪੈਂਦੀ ਉਹਦੇ ਵਿੱਚ। ਥੋੜ੍ਹਾ ਟਾਈਮ ਵਧੀਆ ਲੱਗਦੀ ਆ, ਪਰ ਬਾਅਦ ਵਿੱਚ ਉਹਦਾ ਇੱਦਾਂ ਦਾ ਵੀ ਪੈਸਾ ਵੀ ਲਾਇਓ ਤਾਂ ਚੰਗਾ ਲਾਓ ਜੇ ਚਾਹੁੰਦੇ, ਹੈ ਨਾ। ਅਤੇ ਜੇ ਫਾਲ ਸੀ ਪੀ ਵੀ ਸੀ ਮੁੜਨੀ ਆ ਫਿਰ ਪੈਸਾ ਕਾਹਦਾ, ਕੀ ਫਾਇਦਾ। ਅਤੇ ਚਲੋ ਦਿਖਾਉਂਦੇ ਬਾਕੀ। ਲਓ ਜੀ ਥੋੜ੍ਹੀ ਜਜਮੈਂਟ ਜੀ ਇੱਥੇ ਕਰਕੇ ਇਹਨੂੰ ਸਟਰਕਚਰ ਜਿਹਨੂੰ ਲਾ ਗਏ ਆ, ਰੋਟੀ ਖਾਣ ਗਏ ਆ, ਰੋਟੀ ਦਾ ਵੀ ਟਾਈਮ ਹੋ ਗਿਆ ਨਾ ਸਭ ਦਾ। ਅਤੇ ਹੁਣ ਆਪਾਂ ਇੱਧਰਲੀ ਵੀ ਸਫਾਈ ਕਰਨੀ ਹੈ, ਫਰਿੱਜ ਦੇ ਥੱਲੇ ਗੰਦ ਦੇਖ ਲਓ ਕਿੰਨਾ। ਆਹ ਫਰਿੱਜ ਚੱਕ ਕੇ ਰਸੋਈ 'ਚ ਕਰਤੀ, ਫਿਲਹਾਲ ਰਸੋਈ ਦੇ ਵਿੱਚ ਆਪਾਂ ਨੂੰ ਜਗ੍ਹਾ ਨਹੀਂ ਖੜ੍ਹਨ ਨੂੰ ਮਿਲਦੀ, ਕਿਉਂਕਿ ਸਮਾਨ ਰੱਖਣ ਨੂੰ ਜਗ੍ਹਾ ਵੀ ਹੋਣੀ ਚਾਹੀਦੀ ਹੈ। ਤਾਂ ਉਸ ਹਿਸਾਬ ਨਾਲ ਆਪਣਾ ਥੋੜ੍ਹਾ ਜਿਹਾ ਰਸੋਈ ਵੀ ਛੋਟੀ ਆ, ਅਤੇ ਉਹ ਪ੍ਰਾਈਜ਼ ਵਗੈਰਾ ਉੱਪਰ ਰੱਖਤੇ, ਸਾਰਾ ਸਾਫ਼ ਕਰਨਾ ਪੈਣਾ। ਹੁਣ ਦੀਵਾਲੀ ਵੀ ਆ ਗਈ ਹੈ ਨੇੜੇ, ਅਤੇ ਹੁਣ ਮੈਂ ਇਹ ਸਾਰਾ ਕੁਛ ਇੱਥੋਂ ਉਤਾਰਨਾ, ਫੋਟੋਆਂ ਸਮੇਤ ਸ਼ੀਸ਼ੇ, ਇਕੱਲਾ ਬਣਾ ਰਹੇਗਾ ਬਸ। ਆਹ ਕੰਪਿਊਟਰ ਵੀ ਅਤੇ ਐੱਲ ਈ ਡੀ ਵੀ ਲਾਉਣੀ ਪਏਗੀ, ਸਭ ਅੰਦਰ ਰੱਖ ਦੇਣੀ ਲਾ ਕੇ, ਕਿਉਂਕਿ ਜਿੰਨਾ ਚਿਕਰ ਕੰਮ ਚੱਲੇਗਾ ਉਨਾ ਦੇਰ ਸਭ ਕੁਝ ਚੱਕਣਾ ਪੈਣਾ। ਅਤੇ ਅਰਮਾਨ ਬੈਠਾ ਸਾਡਾ, ਸੀਰਤ ਅੱਜ ਸਵੇਰ ਦੀ ਉੱਠ ਕੇ ਤਿਆਰ ਹੋਈ ਸੀ, ਉਹਨੂੰ ਕਰਿਆ ਮਸਾਂ ਜੀ ਵੀ ਟਿਊਸ਼ਨ ਨਹੀਂ ਜਾਣਾ, ਲੇਕਿਨ ਫਿਲਹਾਲ ਉਹ ਸੁੱਤੀ ਪਈ ਆ। ਅਤੇ ਸਵੇਰੇ ਵੀ ਮੜੀ ਔਖੀ ਕੀਤੀ ਸੀ, ਅਤੇ ਮੰਮਾ ਇਹਨਾਂ ਦੀ ਜੋਬ ਗਏ ਵੀ ਆਉਣ ਵਾਲੇ ਆ, ਉਹ ਆਪੇ ਸਾਂਭੂ ਘਰ ਆ ਕੇ, ਕਿਉਂਕਿ ਮੈਂ ਤਾਂ ਕੁਝ ਸਮਝ ਨਹੀਂ ਆਉਂਦਾ ਪਿਆ ਗਾ, ਔਖਾ ਹੋ ਜਾਂਦਾ ਨਾ ਇੱਦਾਂ। ਚਲੋ ਮੈਂ ਥੋੜ੍ਹਾ ਜਿਹਾ ਸਫਾਈ ਕਰਦਾ ਮੈਂ ਇੱਥੋਂ ਦੀ। ਲਓ ਜੀ ਸਾਰਾ ਸਾਫ਼ ਕਰਤਾ, ਸਾਫ਼ ਤਾਂ ਕੀ ਆ ਰਹਿ ਗਈਆਂ ਫੋਟੋਆਂ ਵਾਸਤੇ ਵੀ, ਐੱਲ ਈ ਡੀ ਲਾਵਾਂਗੇ ਅਜੇ ਬੱਚੇ ਦੇਖਦੇ ਆ, ਜਦੋਂ ਇਹ ਢੋਣ ਢੋਣ ਕੇ ਆਪਾਂ ਉਦੋਂ ਸਾਰਾ ਇਹਨੂੰ ਚੱਕ ਦਾਂਗੇ, ਇਹਨਾਂ ਦਾ ਬੈੱਡ ਰਹਿ ਜਾਏਗਾ ਬਸ, ਉਹਦਾ ਟੇਬਲ ਅਤੇ ਉੱਥੇ ਸ਼ੈਂਕ ਹੁੰਦਾ ਉਹ ਵੀ ਇੱਦਾਂ ਰਹੇਗਾ ਨਾ, ਅਤੇ ਬਾਕੀ ਸਾਰਾ ਚੱਕ ਦਾਂਗੇ। ਫਿਰ ਉਸ ਤੋਂ ਬਾਅਦ ਇੱਧਰੋਂ ਸਟਾਰਟ ਹੋ ਜਾਣਾ, ਸਫਾਈ ਸਟਾਰਟ ਹੋ ਜਾਣੀ ਹੈਗੀ, ਜਦੋਂ ਬਣ ਬਣ ਗਿਆ ਨਾਲ ਹੀ ਆਪਾਂ ਦੀਵਾਲੀ ਦੀ ਸਫਾਈ ਕਰ ਦਿੰਦੇ ਹਾਂ ਨਾ ਪੁੱਤਰਾ, ਇੱਦਾਂ ਪ੍ਰਮਾਣ ਦੱਸੇਗਾ ਬਾਕੀ ਸਾਰਾ। ਓਕੇ ਹੋਰ
ਹੁਣ ਜਿਹੜਾ ਹੁਣ ਆਹ ਇਦਾਂ ਸਮਾਨ ਪਿਆ ਇਦਾਂ ਕੁਝ ਹਵਾ ਬੋਰਡ ਤੇ ਨਾ ਜਿੱਤ ਤਾਂ ਕਰ ਤੁਸੀਂ ਸਮਾਨ ਤੇ ਤਾਂ ਪਹਿਲਾਂ ਕਵਰ ਪਾਵਾਂਗੇ ਫਿਰ ਸਾਰੇ ਕੰਮ ਠੀਕ ਹੈ ਤੇ ਬਾਕੀ ਦਾ ਸਫਾਈ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਤਾਂ ਚੱਲ ਤੇ ਮੰਮਾ ਆ ਗਈ ਆ ਇਹਨਾਂ ਦੀ ਹੁਣ ਪੂਰੇ ਖਤਰਨਾਕ ਤਰੀਕੇ ਦੇ ਨਾਲ ਹੁਣ ਚਾਹ ਬਣਾ ਰਹੇ ਹੈਗੇ ਸਾਡੇ ਵਾਸਤੇ ਹਨਾ ਚਾਹ ਬਣਾ ਰਹੇ ਨਾ ਸਾਡੇ ਵਾਸਤੇ ਘੱਗਰੀ ਵਾਲੀ ਕੁੜੀ ਲਓ ਜੀ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਆਪਣੀ ਹੁਣ ਚੱਲ ਰਹੀ ਆ ਟੀ ਪਾਰਟੀ ਤੇ ਬਿਸਕੁਟ ਬਿਸਕੁਟ ਖਾ ਖੂ ਲੈਂਦੇ ਜਦੋਂ ਉਹਨੂੰ ਸੀਤ ਸੀਤ ਨੂੰ ਪਤਾ ਲੱਗ ਜਾਂਦਾ ਨਾ ਪਤਾ ਲੱਗ ਗਿਆ ਨਾ ਸੀਰਤ ਨੂੰ ਕਿ ਪੈਟੀ ਲਿਆਂਦੀ ਆ ਤੇ ਉੱਠ ਕੇ ਤਾਂ ਪਤਾ ਬੈਠ ਗਈ ਉੱਦਾਂ ਸੁੱਤੀ ਪਈ ਸੀ ਔਰ ਮਾਨ ਖੋ ਖੋ ਖਾਈ ਜਾਂਦਾ ਉਹਨੂੰ ਖਾਣ ਨਹੀਂ ਦਿੰਦਾ ਖਾ ਲਾ ਯਾਰ ਤੂੰ ਵੀ ਉੱਠ ਕੇ ਬੈਠੀ ਤੇ ਇਸ ਤਰ੍ਹਾਂ ਚਾਹ ਦਾ ਆਨੰਦ ਅੰਦਰ ਬੈਠ ਕੇ ਗਰਮੀਆਂ ਦੇ ਵਿੱਚ ਚਾਹ ਦਾ ਆਨੰਦ ਪੂਰਾ ਜ਼ਬਰਦਸਤ ਤੇ ਦੇਖਦੇ ਵਾਹ ਜੀ ਵਾਹ ਕਿੰਨੀ ਸਵਾਦ ਚਾਹ ਬਣਾਈ ਆ ਲਓ ਜੀ ਦੁਬਾਰਾ ਸਟਾਰਟ ਹੋ ਗਏ ਇਸ ਤਰ੍ਹਾਂ ਕਰਦੇ ਕਰਦੇ ਇਸ ਤਰ੍ਹਾਂ ਸਟਰਕਚਰ ਨੂੰ ਲਾਇਆ ਜਾਂਦਾ ਹੈਗਾ ਲਓ ਜੀ ਇੱਦਾਂ ਮਾਇਰਮੈਂਟ ਲੈ ਕੇ ਨਾ ਇਹਦਾ ਅਤੇ ਕਟਿੰਗ ਕੀਤੀ ਜਾ ਰਹੀ ਹੈ ਦੇਖੋ ਕਟਿੰਗ ਹੋਣ ਤੋਂ ਬਾਅਦ ਫਿਰ ਜਿੰਨਾ ਜਿੰਨਾ ਇਸ 'ਤੇ ਬਣਨਾ ਹੈਗਾ ਸਟਰਕਚਰ ਇਸ ਤਰ੍ਹਾਂ ਤਿਆਰ ਹੋ ਰਿਹਾ ਪੈਨ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਫਿੱਟ ਕਰਤਾ ਦੋਨੇ ਕੋਨਿਆਂ 'ਤੇ ਕਰਨਾ ਇੱਧਰ ਇਹਦਾ ਢਾਂਚਾ ਦੇਖੋ ਸਪੈਸ਼ਲ ਕਟਰ ਨਾਲ ਕੀਤਾ ਜਾਂਦਾ ਇਹਦਾ ਇੱਦਾਂ ਐਂਡ ਜੰਗਲ ਸਾਰੀ ਤਾਂ ਕਿ ਕੋਈ ਵੀ ਕਿਸੇ ਵੀ ਪਾਸੇ ਬਣਾ ਰਹੇ ਸਪੋਰਟ ਪੂਰੀ ਦੀ ਪੂਰੀ ਬਣੀ ਰਹੇ ਉੱਧਰ ਵੀ ਦੇਖੋ ਸੇਫ ਹਰ ਚੀਜ਼ ਨੂੰ ਡਰਿੱਲ ਦੇ ਨਾਲ ਇਹਦੇ ਵਿੱਚ ਸਕਰੂ ਕਰ ਦਿੱਤੇ ਜਾਣਗੇ ਟਾਈਟ ਹੋ ਗਿਆ ਸਕਰੂ ਇਹ ਬਣ ਗਿਆ ਸਟਰਕਚਰ ਤਿੰਨ ਜਗ੍ਹਾ ਦਾ ਰਹਿ ਗਿਆ ਇੱਕ ਪਾਸਾ ਲਓ ਜੀ ਸਟਰਕਚਰ ਸਾਰਾ ਤਿਆਰ ਹੋ ਚੁੱਕਿਆ ਹੈਗਾ ਦੇਖ ਸਕਦੇ ਹੋ ਤੁਸੀਂ ਘਰ ਦਾ ਸੈਂਟਰ ਦਾ ਰਾਊਂਡ ਹੈ ਜਿਹੜਾ ਕਿ ਤਕਰੀਬਨ ਆ ਦੇਖੋ ਰਾਊਂਡ ਦੇ ਨਿਸ਼ਾਨ ਲੱਗੇ ਹੋਏ ਆ ਅਤੇ ਇਹ ਚਾਰੋਂ ਤਰਫਾ ਦਾ ਸਟਰਕਚਰ ਅਤੇ ਸੈਂਟਰ ਵਾਲਾ ਸਟਰਕਚਰ ਤਿਆਰ ਹੋ ਉਹ ਰਾਊਂਡ ਦਾ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਜਿਹੜਾ ਸੈਂਟਰ ਚ ਲਾਉਣਾ ਦੇਖੋ ਨੀਚੇ ਪਹਿਲਾਂ ਪੈਨਸਲ ਨਾਲ ਬਣਾ ਕੇ ਫਿਰ ਉਸਦੀ ਕਟਿੰਗ ਕਰਕੇ ਰਾਊਂਡ ਨੂੰ ਤਿਆਰ ਕੀਤਾ ਜਾ ਰਿਹਾ ਇਸੇ ਨੂੰ ਫਿਰ ਰਾਊਂਡ ਨੂੰ ਬਣਾਉਣ ਤੋਂ ਬਾਅਦ ਸੈਂਟਰ 'ਚ ਲਗਾਇਆ ਜਾਊਗਾ ਫਿੱਟ ਕੀਤਾ ਜਾਊਗਾ ਲਓ ਜੀ ਰਾਊਂਡ ਬਣਾਇਆ ਸੀਗਾ ਅਤੇ ਬਣ ਗਿਆ ਇੱਧਰ ਛੋਟੂ ਸਾਡੀ ਕਲਾਕਾਰੀ ਆਪਣੀ ਕਰੀ ਜਾ ਰਿਹਾ ਇਹ ਅਤੇ ਇਸ ਤਰ੍ਹਾਂ ਇਹ ਤਿਆਰ ਹੋ ਗਿਆ ਇਹਦਾ ਢਾਂਚਾ ਵੀ ਸੈਂਟਰ ਦਾ ਦੇਖ ਸਕਦੇ ਹੋ ਤੁਸੀਂ ਮੇਨ ਸਾਰਾ ਸਟਰਕਚਰ ਦਾ ਹੀ ਹੈ ਜਿਹੜਾ ਸਟਰਕਚਰ ਸਹੀ ਬਣਿਆ ਹੋਊਗਾ ਤਾਂ ਪੀ ਓ ਪੀ ਦਾ ਡਿਜ਼ਾਇਨ ਬਾਅਦ ਵਿੱਚ ਸੀਮੈਂਟ ਆਪਣੇ ਆਪ ਫਿਟਿੰਗ ਸੈਟਿੰਗ ਆ ਜਾਂਦੀ ਹੈ ਨਾ ਸਟਰਕਚਰ ਇੰਨਾ ਤੁਹਾਡਾ ਮਜ਼ਬੂਤ ਬਣਿਆ ਹੋਣਾ ਚਾਹੀਦਾ ਕਿ ਪੀ ਓ ਪੀ ਕਈ ਸਾਲਾਂ ਤੱਕ ਚੱਲ ਟਕੀ ਰਹੇ ਇਸ 'ਤੇ ਅਤੇ ਵੈਸੇ ਤਾਂ ਘਰ ਜਦੋਂ ਨਵਾਂ ਬੰਦਾ ਉਸ ਟਾਈਮ 'ਤੇ ਬਣਾਉਂਦੇ ਆ ਲੇਕਿਨ ਆਪਣਾ ਚਲੋ ਪੁਰਾਣਾ ਸੀ ਫਿਰ ਵੀ ਉਹ
नाम लो जी ये छोटा राउंड भी तैयार हो चुका है गला देखो ये राउंड सेंटर च लगेगा इस तरह हाँ दिखा रहा मुंडे तो इसमें फिट किया जाएगा उन्हें इतने ये राउंड इस तरह बन चुका सैटिंग करके इनू बस फिट करना है इधरों कंप्लीट होने तो बाद ढांचा सारा हूँ दूजा फेस है जो उधर पास चले गए ट्यूब है थोड़ा जहा ट्यूब का ध्यान रखना पैना मैं फिर भी सारा तोड़ना पैना ये हो रहा ना इतों दूर सारा तोड़ के फिर मेजरमेंट इदा ही ढांचा खड़ा किया जाऊगा इस टाइम लोहिया टुटन तो बाद सारा इस तरह का हो चुका हूँ हम कल इन्होंने इदा का स्ट्रक्चर बना देना गा तो आप भी झाड़ू मारते पे देख लो की हाल हो गया चिट्टा रंग हो गया बुढ़े हो गए आगे मुछा दाड़ी का हाँ तो सारे क्योंकि झाड़ू मेरे को सफाई करके हटे हम सारी आ देखो कूड़ा सारा बाहर कढ़ देना गट्टे गुट्टे भर देने गे लो हाल देख लो सफाई अभियान जारी है निकल गया हो गया चलो बस हो गया डन ओके बाय देख लिया फिर वीडियो बन देना तो किदा काम करना है ना तो चलो इन्नी सफाई आप कल मिलते हैं नवे ब्लॉग च इन्हें मैं इजाजत दौ सत श्री अकाल।